ਪਾ ਕੇ ਹੁਣ ਜੇ ਇਸ ਵਕਤ ਦੀਆਂ ਗੱਲਾਂ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਹਾਂਜੀ ਮੈਂ ਚੱਲੀ ਜਾਂਦਾ ਸਤਿ ਸ੍ਰੀ ਅਕਾਲ ਦੋਸਤੋ ਸ਼ੇਅਰ ਕਰ ਲਓ ਜਿੰਨਾ ਕੁ ਚਿਰ ਚੱਲਦਾ ਕਿਉਂਕਿ ਇੰਟਰਨੈਟ ਸੇਵਾਵਾਂ ਕਾਫੀ ਤਰ੍ਹਾਂ ਬੰਦ ਨੇ ਮੈਂ ਮਸਾਂ ਜਿਹੜਾ ਹੈਗਾ ਇੱਕ ਤਰ੍ਹਾਂ ਵਾਈਫਾਈ ਦੇ ਨਾਲ ਹੀ ਕਨੈਕਟ ਕੀਤਾ ਹੋਇਆ ਇਸ ਵਕਤ ਜਿਹੜਾ ਕਿਸਾਨਾਂ ਨੇ ਟਰੈਕਟਰਾਂ ਦੇ ਮੰਗ ਟਰਾਲੀਆਂ ਪਾਲੀਆਂ ਜਿਹੜੇ ਜਿਹਦੇ ਨਾਲ ਕਿ ਹੁਣ ਤੁਹਾਨੂੰ ਮੈਂ ਹੁਣੇ ਲਾਈਵ ਤਸਵੀਰਾਂ ਦਿਖਾਉਣਾ ਵੀਰੇ ਛੇਤੀ ਕਰ ਲਓ ਕੋਈ ਪੰਜ ਸੱਤ ਮਿੰਟ ਹੀ ਚੱਲਣਾ ਇਹ ਟਰੈਕਟਰਾਂ ਦੇ ਮੰਗ ਟਰਾਲੀਆਂ ਪਾਈਆਂ ਹੋਈਆਂ ਅਫਵਾਹਾਂ ਤੇ ਕੰਟਰੋਲ ਕਰਨ ਵਾਸਤੇ ਹੀ ਮੈਂ ਜਿਹੜੀਆਂ ਇਹ ਵੀਡੀਓ ਬਣਾ ਰਿਹਾ ਦੇਖੋ ਜਿਹੜਾ ਹੈਗਾ ਕਿਉਂਕਿ ਰਾਹ ਦੇ ਵਿੱਚ ਰਾਤ ਪੈ ਸਕਦੀ ਹੈ ਤਾਂ ਕਰਕੇ ਟਰੈਕਟਰਾਂ ਦੇ ਨਾਲ ਟਰਾਲੀਆਂ ਅਤੇ ਇੱਕ ਮੈਂ ਤੁਹਾਨੂੰ ਦਿਖਾ ਦਿਆਂ ਕਿ ਬਹੁਤ ਲੰਮਾ ਜਾਮ ਹੈ ਟਿੱਕਰੀ ਤੋਂ ਲੈ ਕੇ ਸ਼ਿੰਗੂ ਤੱਕ ਲੱਗ ਚੁੱਕਿਆ ਤਿੰਨ ਚਾਰ ਅਫਵਾਹਾਂ 'ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪਹਿਲਾਂ ਤਾਂ ਉਦੋਂ ਪਹਿਲਾਂ ਇੱਕ ਤਾਂ ਕਹਿੰਦੇ ਵੀ ਲਾਲ ਕਿਲ੍ਹੇ ਦਾ ਝੰਡਾ ਚੜ੍ਹਾ ਤਾ ਲਾਲ ਕਿਲ੍ਹੇ 'ਤੇ ਜਿਹੜਾ ਸਾਡਾ ਰਾਸ਼ਟਰੀ ਧਵਜ ਹੈ ਰਾਸ਼ਟਰੀ ਝੰਡਾ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਹੋਈ ਬਾਈ ਉਹਨੂੰ ਕਿਸੇ ਨੇ ਛੇੜਿਆ ਨਹੀਂ ਗਾ ਮੈਂ ਖੁਦ ਉੱਥੇ ਵੀਡੀਓ ਬਣਾਈ ਆ 20 ਮਿੰਟ ਅਤੇ ਉਹ ਮੈਂ ਆਪਣੇ ਪੇਜ 'ਤੇ ਪਾ ਚੁੱਕਾ ਯੂਟਿਊਬ ਚੈਨਲ 'ਤੇ ਪਾ ਚੁੱਕਾ ਗੁਰਪ੍ਰੀਤ ਜੋ ਠੀਕ ਹੈ ਉੱਥੇ ਦੇਖ ਲਓ ਕਿਤੇ ਅਸੀਂ ਕਿਤੇ ਵੀ ਛੇੜਖਾਨੀ ਨਹੀਂ ਕੀਤੀ ਹਾਂ ਇੰਨਾ ਜ਼ਰੂਰ ਹੋਇਆ ਕਿ ਸਾਡਾ ਰੂਟ ਨਹੀਂ ਸੀਗਾ ਉਹ ਕੁਝ ਕੁ ਟਰੈਕਟਰ ਜ਼ਬਰਦਸਤੀ ਜਿਹੜੇ ਉਹਦੇ 'ਚੋਂ ਨਿਕਲ ਕੇ ਉੱਥੇ ਚਲੇ ਗਏ ਉੱਥੇ ਜਾ ਕੇ ਕੁਝ ਕੁ ਬੰਦੇ ਤਾਂ ਚੜ ਗਏ ਹੈ ਸ਼ਰਾਰਤੀ ਅੰਸਰ ਜ਼ਰੂਰ ਵਿੱਚ ਵੜੇ ਹੈ ਮੇਰੇ ਕੋਲ ਉਹਦਾ ਪਰੂਫ ਵੀ ਮੈਂ ਇੱਕ ਰੱਖਿਆ ਹੈ ਕਿ ਕੁਝ ਕੁ ਬੰਦੇ ਤਾਂ ਇਹ ਕਹਿ ਰਹੇ ਸੀਗੇ ਕਿ ਲਾਲ ਕਿਲ੍ਹੇ ਤੋਂ ਬਾਈ ਆਉਣਾ ਨਹੀਂ ਸੀ ਲਾਲ ਕਿਲ੍ਹੇ ਦੇ ਮੂਹਰੇ ਧਰਨਾ ਲਾਉਣਾ ਸੀਗਾ ਜਿਹੜਾ ਕਿਸੇ ਵੀ ਜਥੇਬੰਦੀ ਦਾ ਕੋਈ ਰੂਟ ਨਹੀਂ ਸੀਗਾ ਭਰਾਵੋ ਐਡਾ ਵੱਡਾ ਘੋੜਾ ਹੈ 10-20 ਜਾਣੇ ਵਿੱਚ ਵਾੜੀ ਜਾਂਦੇ ਆ ਇੱਕ ਐਕਟਰ ਹੈ ਜਾਣਦੇ ਹੋ ਤੁਸੀਂ ਤੇ ਮੈਂ ਉਹਦੇ ਸਮਾਰ ਕੇ ਚਿੱਬ ਕੱਢੂਗਾ ਜੇ ਆਪਦੀਆਂ ਹਰਕਤਾਂ ਤੋਂ ਉਹ ਬਾਹਰ ਨਹੀਂ ਆਉਂਦਾ ਉਹਨੂੰ ਦਿਖਾ ਦਿਓ ਲਗਾਤਾਰ ਉਹਨੇ ਕੱਲ ਸਟੇਜ ਤੇ ਵੀ ਰੌਲਾ ਪਵਾਇਆ ਅੱਜ ਵੀ ਉਹਨੇ ਇਹੀ ਕੰਮ ਕੀਤਾ ਬੱਲਿਆ ਆਪਦੇ ਜਿਹੜਾ ਭਾਜਪਾ ਨਾਲ ਹਜੇ ਤੱਕ ਮੈਨੂੰ ਤੇਰੇ 'ਤੇ ਸ਼ੱਕ ਹੀ ਸੀਗਾ ਲੋਕਾਂ ਨੂੰ ਸ਼ੱਕ ਹੀ ਸੀਗਾ ਮੈਨੂੰ ਵੀ ਲੱਗਦਾ ਸੀਗਾ ਵੀ ਯਾਰ ਸ਼ਾਇਦ ਬੰਦਾ ਸਹੀ ਨਿਕਲ ਜੇ ਪਰ ਜਿਹੜੇ ਹਿਸਾਬ ਨਾਲ ਉਹਦੀਆਂ ਹਰਕਤਾਂ ਸਾਡੇ ਘੋਲ ਨੂੰ ਫੇਲ ਕਰਨ ਵਾਸਤੇ ਉਹ ਕਿਸੇ ਤੋਂ ਛੁਪੀਆਂ ਨਹੀਂ ਰਹੀਆਂ ਹੁਣ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਲੈਣ ਕਰਨੀ ਮੈਂ ਕਿਸੇ ਤੋਂ ਡਰਦਾ ਨਹੀਂ ਨਾ ਗੁਰੇਜ਼ ਕਰਦਾ ਪਰ ਉਹ ਬੰਦਾ ਬਣ ਜੇ ਅਤੇ ਨਵਾਂ ਅਵਤਾਰ ਜਿਹੜਾ ਹੈਗਾ ਨਾਲ ਨਾਲ ਲੋਕਾਂ ਨੂੰ ਉਮੀਦ ਕਰ ਰਹੇ ਨੂੰ ਫੂਕ ਛਕਾਉਣੀ ਬੰਦ ਕਰੋ ਇਹਦਾ ਹੈ ਕੀ ਪਹਿਲੀ ਗੱਲ ਹੈ ਘੋਲ ਦੇ ਵਿੱਚ ਇਹਨੇ ਕਿਹੜੇ ਥਾਂ 'ਤੇ ਸਟਰਗਲ ਕੀਤੇ ਹੈ ਇੱਕ ਦੋ ਫਿਲਮਾਂ ਬਣਾ ਲਈਆਂ 2-3 ਵਾਰੀ ਇੱਥੇ ਫੇਸਬੁੱਕ 'ਤੇ ਵਿਦਵਾਨ ਬਣਿਆ ਬੈਠਾ ਉਹ ਅਸੀਂ ਬੰਦਾ ਬਣਾਉਣਾ ਜਾਣਦੇ ਹਾਂ ਮੈਂ ਕਿਤੇ ਮੁੜ ਕੇ ਫਿਰ ਪਤਾ ਇਹਦੇ ਨੇ ਕਹਿਣਾ ਪਤਾ ਨਹੀਂ ਗੁਰਪ੍ਰੀਤ ਕੋਟਲੀ ਪਬਲਿਸਿਟੀ ਵਾਸਤੇ ਇਹਦੇ ਨਾਲ ਪੰਗੇ ਲੈਂਦਾ ਮੈਨੂੰ ਉਹਦਾ ਮੈਂ ਤਾਂ ਇਹੋ ਜਿਹਾ ਬੰਦੇ ਦੀ ਕਾਨ ਨਹੀਂ ਜਾਂਦਾ ਯਾਰ ਪਰਮਾਤਮਾ ਦੀ ਕਿਰਪਾ ਨਾਲ ਬਥੇਰੇ ਲੋਕ ਆ ਜਿਹੜੇ ਦੇਖਦੇ ਆ ਪਰ ਇਹ ਬੰਦਾ ਜਮ੍ਹਾਂ ਹਰਕਤਾਂ ਗਿਰੀਆਂ 'ਤੇ ਆਇਆ ਪਿਆ ਲਗਾਤਾਰ ਮੁੰਡਿਆਂ ਨੂੰ ਭੜਕਾਉਂਦਾ ਆਪਦੇ ਪਹਾੜੇ ਦੇ ਟੱਟੂ 10-15 ਵਾੜ ਕੇ ਵਿੱਚ ਨਾਰੇ ਪੁੱਠੇ ਸਿੱਧੇ ਲਵਾਉਂਦਾ ਇਹਦੀਆਂ ਮੇਰੇ ਕੋਲ ਵੀਡੀਓ ਪੰਗਾ ਮੈਂ ਬਣਾਈਆਂ ਵੀਆਂ ਮੈਂ ਬਿਨਾਂ ਪਰੂਫ ਤੋਂ ਕਿਤੇ ਗੱਲ ਨਹੀਂ ਕਰਦਾ ਇਹ ਬੰਦਾ ਜਮ੍ਹਾਂ ਮੈਂ ਕਹਿਣਾ ਹੁਣ ਗਿਰੀਆਂ ਹਰਕਤਾਂ 'ਤੇ ਆਇਆ ਪਿਆ ਪੰਜਾਬ ਦੇ ਗੱਲਾਂ ਕਰੂਗਾ ਵੱਡੀਆਂ ਫਲਾਨੇ ਦੀਆਂ ਧਮਕੇ ਦੀਆਂ ਸਾਡੇ ਘੋਲ ਨੂੰ ਇਹ ਲੀਰੋ ਲੀਰ ਕਰਨਾ ਚਾਹੁੰਦਾ ਭਰਾਵੋ ਇਹੋ ਜਿਹੇ ਬੰਦੇ ਨੂੰ ਬਾਈਕਾਟ ਕਰੋ ਐਵੇਂ ਹੀਰੋ ਬਣਾਈ ਫਿਰਦੇ ਹੋ ਯਾਰ ਕੀ ਯਾਰ ਗੱਲ ਆ ਤੁਹਾਡੀ ਪਹਿਲਾਂ ਤਾਂ ਮੈਂ ਲਿਖੀ ਦੇਣਾ ਮੈਂ ਦੀਪ ਸਿੱਧੂ ਨੂੰ ਮੈਂ ਸਿੱਧਾ ਹੀ ਕਹਿਣਾ ਇਹ ਬੰਦਾ ਦੀਪ ਸਿੱਧੂ ਅੱਜ ਸਾਡੇ ਘੋਲ ਨੂੰ ਫੇਲ ਕਰਨ ਵਾਸਤੇ ਸਰਕਾਰ ਦਾ ਵਾੜਿਆ ਬੰਦਾ ਯਾਰ ਮੈਂ ਜ਼ਿੰਮੇਦਾਰੀ ਨਾਲ ਕਹਿਣਾ ਗੁਰਪ੍ਰੀਤ ਕੋਟਲੀ ਚਾਹੇ ਯਾਰ ਮੈਨੂੰ ਕੋਈ ਬੰਦਾ ਲਾਈਕ ਨਾ ਕਰੇ ਪਰ ਜੋ ਇਹਨੇ ਕੀਤਾ ਭਰਾਵੋ ਰਾਤ ਸਟੇਜ ਦੇ ਉੱਤੇ ਮੁੰਡਿਆਂ ਤੋਂ ਕਬਜ਼ਾ ਕਰਾਇਆ ਰਾਤ ਨੂੰ ਮੈਨੂੰ ਐਂ ਦੱਸੋ ਮੁੜ ਕੇ ਕਹਿੰਦਾ ਵੀ ਯਾਰ ਅਸੀਂ ਕਿਤੇ 5 ਵਜੇ ਤੋਂ ਬਾਅਦ ਸਟੇਜ ਨਹੀਂ ਚਲਾਈ ਭਰਾਵੋ ਮੈਂ ਪਰਦੇ ਰੱਖਣ ਦੀ ਕੋਸ਼ਿਸ਼ ਕੀਤੀ ਵੀ ਚਲੋ ਯਾਰ ਆਪਦੇ ਘਰੇ ਲੜਾਈ ਆ ਭਾਂਡੇ ਬਾਹਰ ਨਹੀਂ ਸਿੱਟੀ ਦੇ ਪਰ ਇਹ ਬੰਦਾ ਲਗਾਤਾਰ ਅੱਜ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਇਹ ਬੰਦੇ ਨੇ ਜਿਹੜੇ ਨੌਜਵਾਨ ਭੜਕਾਏ ਉੱਥੇ ਕੇਸਰੀ ਨੌ ਜਿਹੜੇ ਨਿਸ਼ਾਨ ਸਾਹਿਬ ਲਵਾਏ ਠੀਕ ਆ ਅਸੀਂ ਮੰਨਦੇ ਹਾਂ ਅਸੀਂ ਆਪ ਸਿੱਖ ਹਾਂ ਸਾਨੂੰ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਕਿਸੇ ਨੂੰ ਪਰ ਇਹ ਬੰਦੇ ਦੀਆਂ ਜਿਹੜੀਆਂ ਹਰਕਤਾਂ ਇਸ ਘੋਲ ਨੂੰ ਫੇਲ ਕਰਨ ਵਾਸਤੇ ਜਿਹੜੀਆਂ ਦੀਪ ਸਿੱਧੂ ਦੀਆਂ ਹਰਕਤਾਂ ਉਹ ਮੈਂ ਕਹਿਣਾ ਗਿਰੇ ਤੋਂ ਗਿਰਾ ਬੰਦਾ ਨਹੀਂ ਕਰਦਾ ਤੂੰ ਕਹਿਣਾ ਮੈਂ ਗੱਡੀਆਂ ਛੱਡਤੀਆਂ ਮੈਂ ਆਹ ਛੱਡਤੀ ਉਹ ਭਰਾਵਾ ਜੇ ਛੱਡੇ ਆਉਂਦਾ ਮੈਂ ਕਦੇ ਨਹੀਂ ਕਿਤੇ ਕਿਹਾ ਵੀ ਮੈਂ ਕੁਛ ਕੀਤਾ ਮੈਂ ਕਹਿਣਾ ਮੇਰੇ ਨਾਲ ਚਾਰ ਦਿਨ ਮੇਰੇ ਨਾਲ ਤੁਰੇ ਇੱਕ ਦਿਨ ਹੀ ਤੁਰ ਪਏ ਲੈ ਮੈਂ ਤੋਰਦਾ ਤੈਨੂੰ ਬਰਾਬਰ ਯਾਰ ਸ਼ਰਮ ਕਰ ਲਾ ਯਾਰ ਤੂੰ ਸਾਡੇ ਘੋਲ ਨੂੰ ਜਮ੍ਹਾਂ ਖੇਰੂ ਕਰਨ ਵਾਸਤੇ ਦੀਪ ਸਿੱਧੂ ਦਿਨ ਰਾਤ ਇੱਕ ਕੀਤੀ ਹੋਇਆ ਦਿਨ ਰਾਤ ਐਡਾ
ਐਡਾ ਕੁ ਕੌਮ ਦਾ ਗਡਾਰ ਨਿਕਲਿਆ ਨਿਕਲੇਗਾ ਨਾ ਤੂੰ ਆਉਣ ਵਾਲੇ ਟਾਈਮ 'ਚ ਤੇਰੇ ਦੇ ਮੈਂ ਕਹਿਣਾ ਤੇਰੇ ਨਾਂ 'ਤੇ ਥੁੱਕਿਆ ਕਰਨਗੇ ਲੋਕ ਜਵਾਕਾਂ ਨੇ ਨਾਂ ਨਹੀਂ ਰੱਖਿਆ ਕਰਨੇ ਇਹ ਜਿਵੇਂ ਲਾਲ ਸਿੰਘ ਵਰਗਿਆਂ ਨੇ ਗਦਾਰੀਆਂ ਮੌਕੇ 'ਤੇ ਮਾਰੀਆਂ ਨਾ ਉਹ ਮੈਂ ਦੀਪ ਸਿੱਧੂ ਤੇਰਾ ਨਾਂ ਲਿਖਿਆ ਜਾਣਾ ਇਸ ਇਤਿਹਾਸ ਦੇ ਵਿੱਚ ਹਜੇ ਤੱਕ ਲੋਕਾਂ ਨੂੰ ਸ਼ੱਕ ਸੀ ਮੈਂ ਕਦੇ ਨਹੀਂ ਕਿਸੇ ਵਿਰੁੱਧ ਬੋਲਿਆ ਯਾਰ ਪਰ ਇਹ ਬੰਦੇ ਨੇ ਅੱਜ ਲਾਲ ਕਿਲ੍ਹੇ ਦੇ ਉੱਪਰ ਵੀ ਮੁੰਡੇ ਭੜਕਾਏ ਦੇਖੋ ਸਾਸੀ ਸਾਸੀ ਇਸ ਦੇਸ਼ ਦੇ ਵਾਸੀ ਹੈ ਅੱਜ ਰਾਹ ਦੇ ਵਿੱਚ ਇੱਕ ਪੁਲਿਸ ਵਾਲਾ ਮਿਲਿਆ ਉਹ ਕਹਿੰਦਾ ਭਗਤ ਸਿੰਘ ਦੀ ਫੋਟੋ ਲੱਗੀ ਸਾਨੂੰ ਕਹਿੰਦਾ ਤੁਸੀਂ ਉਹਦੇ ਵਾਰਸ ਨਹੀਂ ਗਏ ਮੈਂ ਕਿਹਾ ਕਿਉਂ ਕਹਿੰਦਾ ਜੋ ਲਾਲ ਕਿਲ੍ਹੇ 'ਤੇ ਹੋਇਆ ਉਹ ਗਲਤ ਹੋਇਆ ਬਾਈ ਮੈਂ ਕਿਹਾ ਬਈ ਅਸੀਂ ਮਾਫ਼ੀ ਮੰਗਦੇ ਹਾਂ ਪਰ ਅਸੀਂ ਜੇ ਕਿਸੇ ਕੋਈ ਵੀ ਚੀਜ਼ ਨੂੰ ਸਰਕਾਰੀ ਸੰਪੱਤੀ ਨੂੰ ਫੁੱਲ ਵੀ ਤੋੜਿਆ ਹੋਵੇ ਅਸੀਂ ਦੇਣਦਾਰ ਹਾਂ ਇਹ ਬੰਦੇ ਕਰਕੇ ਅੱਜ ਇੱਕ ਬੰਦੇ 'ਤੇ ਗੋਲੀ ਲੱਗ ਗਈ ਇਹ ਦੀਪ ਸਿੱਧੂ ਕਰਕੇ ਨਹੀਂ ਲੱਗੀ ਉਹਦੇ ਨਹੀਂ ਲੱਗੀ ਇਹ ਬੰਦੇ ਨੇ ਪੁੱਤ ਮਰਾਇਆ ਮਾਂ ਦਾ ਅੱਜ ਇਹ ਜਿਹੜਾ ਚਵਲਾ ਤੂੰ ਮਾਰਦਾ ਨਾ ਤੈਨੂੰ ਇਹ ਦੇਗਾ ਦੇਣੀਆਂ ਪੈਣਗੀਆਂ ਇਹ ਗੱਲਾਂ ਯਾਦ ਰੱਖੀ ਅੰਦੋਲਨ ਜਿਹੜਾ ਹੈਗਾ ਅਸੀਂ ਅੰਦੋਲਨ ਖਰਾਬ ਖਰੂਬ ਕਰਨ ਵਾਲੇ ਨਹੀਂ ਅਸੀਂ ਤਾਂ ਆਹ ਪਏ ਹਾਂ ਆਹ ਖੜੇ ਹਾਂ ਟਰੈਕਟਰ ਟਰਾਲੀਆਂ ਤੇਰੀਆਂ ਜਿਹੜੀਆਂ ਟਰਾਲੀਆਂ ਤੂੰ ਲਿਆਂਦੀਆਂ ਗਣਾ ਦੀ ਮੈਨੂੰ ਅਸੀਂ ਭਰਾਵੋ ਹਜੇ ਵੀ ਸ਼ਾਂਤਮਈ ਹਾਂ ਕੋਈ ਚੱਕਰ ਨਹੀਂ ਗਾ ਬਾਬੇ ਵਿਚਾਰੇ ਕੇਲੇ ਖਵਾਈ ਜਾਂਦੇ ਮੈਨੂੰ ਕੇਲਾ ਖਾਣ ਦੇ ਯਾਰ ਬਾਬਾ ਹੋਰ ਬਾਪੂ ਠੀਕ ਹੋ ਵਾਹਿਗੁਰੂ ਵਾਹਿਗੁਰੂ ਪਰ ਇਹ ਬੰਦੇ ਨੇ ਜਿੰਨੀਆਂ ਗਿਰੀਆਂ ਗੱਲਾਂ ਕੀਤੀਆਂ ਇਸ ਅੰਦੋਲਨ ਦੇ ਵਿੱਚ ਇਹ ਵਾਹਿਗੁਰੂ ਦਾ ਮੈਂ ਕਹਿੰਦਾ ਬਾਬੇ ਨਾਨਕ ਦਾ ਚਲਾਇਆ ਅੰਦੋਲਨ ਚੱਲੀ ਜਾਂਦਾ ਪਰਮਾਤਮਾ ਸਾਡੇ 'ਤੇ ਹੱਥ ਰੱਖਦਾ ਅੱਜ ਵੀ 20 ਮਿੰਟ ਮੈਂ ਉੱਥੇ ਕਵਰੇਜ ਕੀਤੀ ਆ ਤੁਹਾਡੇ ਸਾਹਮਣੇ 20 ਮਿੰਟ ਮੈਂ ਆਵਾਂ ਹਾਂਜੀ ਬਾਪੂ ਜੀ ਹਜੂਰ ਮੈਂ ਜਾਣਦਾ ਬਾਬਿਆਂ ਨੂੰ ਮੈਂ ਜਾਣੀ ਜਾਣਦਾ ਬਾਬਿਆਂ ਨੂੰ ਸਾਰੇ ਜਾਣਦੇ ਬਾਬੇ ਸਤਿ ਸ਼੍ਰੀ ਅਕਾਲ ਬਣਾ ਲੈ ਸੋ ਮੈਂ ਬੇਨਤੀ ਕਰਦਾ ਵੀ ਇੱਕ ਤਾਂ ਇਹਨੂੰ ਚਾਵਲ ਨੂੰ ਬਾਹਰ ਕੱਢੋ ਯਾਰ ਇਹ ਦੀਪ ਸਿੱਧੂ ਸਾਡੀ ਸਟੇਜ 'ਤੇ ਕੀ ਇਹ ਅੰਦੋਲਨ 'ਚ ਨਹੀਂ ਦਿਖਣਾ ਚਾਹੀਦਾ ਜੇ ਇਹਨੇ ਕੋਈ ਟਰਾਲੀਆਂ ਲਿਆਂਦੀਆਂ 10 ਮੈਨੂੰ ਗਣਾ ਦੇ ਯਾਰ ਕੋਈ 5 ਟਰਾਲੀਆਂ ਲਿਆਂਦੀਆਂ ਕੋਈ 4 ਤੂੰ ਕੋਈ ਇਸ ਕੌਮ ਵਾਸਤੇ ਕੁਛ ਕੀਤਾ ਤਾਂ ਕੁਛ ਕਰਕੇ ਤਾਂ ਯਾਰ ਹੁਣ ਮੈਂ ਇੱਕ ਤਾਂ ਮੈਨੂੰ ਇਹਦੇ ਗਰਮੀ ਸੀਗੀ ਅਗਲੀ ਗੱਲ ਕਰਦਾ ਪ੍ਰਭੋ ਅਸੀਂ ਆ ਜਾਂਦੇ ਹਾਂ ਵਾਪਸ ਜਾਈ ਜਾਂਦੇ ਹਾਂ ਆਪਦੇ ਘਰਾਂ ਨੂੰ ਟਰੈਕਟਰਾਂ ਦੇ ਮਗਰ ਟਰਾਲੀਆਂ ਅਸੀਂ ਸਾਰੇ ਜਾਣੇ ਜਿਵੇਂ ਸਾਡੇ ਲੀਡਰਾਂ ਨੇ ਰੂਟ ਉਲੀਕਿਆ ਸੀ ਬਾਈ ਉਵੇਂ ਵਾਪਸ ਜਾਈ ਜਾਂਦੇ ਹਾਂ ਦਿੱਲੀ ਦੇ ਵਿੱਚ ਅਸੀਂ ਬਾਹਰ ਆ ਗਏ ਹਾਂ ਹਰਿਆਣਾ ਦੇ ਪਾਸੇ ਖੜ੍ਹੇ ਹਾਂ ਆਹ ਸਾਡੇ ਮੁੰਡੇ ਭਰਾਵੋ ਵਾਪਸ ਜਾਈ ਜਾਂਦੇ ਆ ਅਤੇ ਅੱਜ ਇਹਨਾਂ ਦੇ ਤੇਰੇ 4-5 ਚੌਂਚਿਆਂ ਨੇ ਇੱਥੋਂ ਤੱਕ ਕੇ ਬਾਈ ਮੈਂ ਤੁਹਾਨੂੰ ਦੱਸਦਾ ਰਾਮ ਸਿੰਘ ਆ ਮੁੰਡਾ ਇੱਥੇ ਆਟੋ ਚਲਾਉਂਦਾ 5 ਜਾਣੇ ਮੇਰੇ ਨਾਲ ਸੀਗਾ ਇੱਕ ਮੁੰਡਾ ਆਇਆ ਉਹਨਾਂ ਨੂੰ ਕਹਿੰਦਾ ਆਪਾਂ ਤਾਂ ਲਾਲ ਕਿਲ੍ਹੇ ਬਾਹਰ ਧਰਨਾ ਲਾਉਣਾ ਸੀ ਮੈਂ ਕਿਹਾ ਤੇਰੀ ID ਦਿਖਾਈ ਭੱਜ ਗਿਆ ਬਾਈ ਜਾਣ ਬੁੱਝ ਕੇ ਥੋੜ੍ਹਾ ਜਿਹਾ ਕੀਤਾ ਪਰ ਅਸੀਂ ਸ਼ਾਂਤਪੂਰਵਕ ਹਾਂ ਬਾਈ ਅਸੀਂ ਸ਼ਾਂਤੀ ਵਾਲੇ ਬੰਦੇ ਹਾਂ ਅਸੀਂ ਆਪਦੇ ਅੰਦੋਲਨ ਨੂੰ ਭਰਾਵੋ ਅਸੀਂ ਵਾਪਸ ਚਲੇ ਜਾ ਰਹੇ ਹਾਂ ਦੇਖ ਲਓ ਅਸੀਂ ਵਾਪਸ ਜਾਈ ਜਾਂਦੇ ਹਾਂ ਠੀਕ ਆ ਪਰਮਾਤਮਾ ਨੇ ਮੈਂ ਕਹਿੰਦਾ ਨੈੱਟ ਇੱਥੇ ਬੰਦ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਲ ਚੁੱਲ ਪੈਂਦਾ ਹੈ ਵਾਹਿਗੁਰੂ ਦੀ ਇੰਨੀ ਕਿਰਪਾ ਅਸੀਂ ਬਾਈ ਵਾਪਸ ਜਾਈ ਜਾਂਦੇ ਹਾਂ ਸਾਡੇ ਟਰੈਕਟਰ ਆ ਆਹ ਦੇਖੋ ਵਾਪਸ ਆਈ ਜਾਂਦੇ ਆ ਠੀਕ ਆ ਅਸੀਂ ਆਪਦੀਆਂ ਥਾਵਾਂ 'ਤੇ ਜਾ ਰਹੇ ਹਾਂ ਅਸੀਂ ਕੋਈ ਇਸ ਦੇਸ਼ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਆਪਦੇ ਹੱਕ ਲੈਣ ਵਾਸਤੇ ਆਏ ਹਾਂ ਨਾ ਸਾਡਾ ਕੋਈ ਖਾਲਿਸਤਾਨ ਨਾਲ ਵਾਹ ਵਾਸਤਾ ਨਾ ਅਸੀਂ ਇਸ ਦੇਸ਼ 'ਚੋਂ ਅੱਡ ਚਾਹੁੰਦੇ ਹਾਂ ਠੀਕ ਹੈ ਅਸੀਂ ਭਰਾਵਾ ਇਸ ਦੇਸ਼ ਦੇ ਵਿੱਚ ਰਹਿ ਕੇ ਆਪਦੇ ਜਮਹੂਰੀ ਹੱਕਾਂ ਦੀ ਰਾਖੀ ਕਰ ਰਹੇ ਹਾਂ ਸਾਡਾ ਜਿਹੜਾ ਹੈਗਾ ਆਉਣ ਵਾਲਾ ਭਵਿੱਖ ਸਾਨੂੰ ਗੰਧਲਾ ਦਿੰਦਾ ਮੈਂ ਯਾਰ ਇੱਥੇ ਦਿੱਲੀ 'ਚ ਰਿਹਾ ਜੇ ਮੈਂ ਰਿਪੋਰਟਾਂ ਕੱਢਣੀਆਂ ਹੁਣ ਇੱਥੇ ਬਾਈ ਇੱਥੇ ਬਿਹਾਰ ਦੇ ਵਿੱਚ 130 ਰੁਪਏ ਦਿਹਾੜੀ ਹੈ ਬੰਗਾਲ ਦੇ ਵਿੱਚ ਇਕੱਲੇ 30 ਰੁਪਏ ਦਿਹਾੜੀ ਆ ਬਾਈ ਸਾਡਾ ਸਾਨੂੰ ਉਹ ਚੀਜ਼ਾਂ ਡਰਾਉਂਦੀਆਂ ਵੀ ਸਾਡਾ ਇੰਨਾ ਵੱਡਾ ਨੁਕਸਾਨ ਹੋਊਗਾ ਅਤੇ ਇੱਥੇ ਇਹ ਬੰਦੇ ਇਹਨੂੰ ਆਇਆ ਵੀ ਮੈਨੂੰ ਨਹੀਂ ਪੁੱਛਦਾ ਕੋਈ ਫਲਾਂਡਾ ਯਾਰ ਕੌਣ ਨਹੀਂ ਪੁੱਛਦਾ ਜੇ ਬੰਦੇ ਨੇ ਕੰਮ ਸੱਚੇ ਦਿਲੋਂ ਕੀਤਾ ਤਾਂ ਬਾਈ ਹਰੇਕ ਬੰਦਾ ਜਿਹੜਾ ਦਿਨ ਹਰੇਕ ਬੰਦਾ ਇਸ ਅੰਦੋਲਨ ਦੇ ਵਿੱਚ ਵੱਡਾ ਹੁੰਦਾ ਜਿਹਨੇ ਕਿਸੇ ਨੇ ਦਿਲੋਂ ਕੰਮ ਕੀਤਾ ਜਾਂ ਸੱਚਾ ਕੰਮ ਕੀਤਾ ਆ ਮੈਨੂੰ ਦੱਸੋ ਗੁਰਪ੍ਰੀਤ ਕੋਟਲੀ ਨੂੰ ਕੌਣ ਜਾਣਦਾ ਸੀਗਾ ਜੇ ਮੈਂ ਇੱਥੇ ਭਾਈ ਮਾੜਾ ਮੋਟਾ ਖੱਪਿਆ ਭਰਾਵਾਂ ਦਾ ਕੀਤਾ ਤਾਂ ਲੋਕਾਂ ਨੇ ਅੱਖਾਂ 'ਤੇ ਪਾਇਆ ਠੀਕ ਹੈ ਮੇਰੀ ਕੀ ਔਕਾਤ ਹੈ ਆ ਜਿਹੜਾ ਇਹ ਹੈ ਇਹ ਹੱਥ ਨੇ ਚੱਕ ਲੂਗਾ ਫੇਸਬੁੱਕ ਅਤੇ ਦੇ ਕੇ ਲੈਕਚਰ ਕੱਲ੍ਹ ਵਾਲੇ ਜਿਹੜਾ ਇਹਨੇ ਕੀਤਾ ਇਹ ਬਹੁਤ ਮੈਂ ਕਹਿਣਾ ਵੀ ਇਹ ਲਾਲ ਸਿੰਘ ਗਦਾਰ ਜਿਹੜੇ ਲਾਲ ਸਿੰਘ ਵਰਗੇ ਸੀਗੇ ਅਤੇ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਲਿਖਿਆ ਸੀਗਾ ਸ਼ਾਹ ਮੁਹੰਮਦ ਆ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹ ਪਾੜਾ ਸਿੰਘ ਵਰਗਿਆਂ ਦੀਆਂ ਜਿਹੜੀਆਂ ਲਾਦਾਂ ਜਿਹੜੀਆਂ ਨਾ ਇਹ
ਇਹ ਹਜੇ ਤੰਗ ਕਰਦੀਆਂ ਸਾਨੂੰ। ਸੋ ਵੀਰੋ ਇਹਦੇ ਮਗਰ ਨਾ ਲੱਗੋ, ਮਿੰਟ ਹੈ ਠੀਕ ਆ, ਅਸੀਂ ਭਰਾਵੋ ਵਾਪਸ ਆਈ ਜਾਂਦੇ ਹਾਂ ਠੀਕ ਹੈ। ਐਵੇਂ ਕਮਾ ਇੱਧਰੋਂ ਤੁਰ ਤੁਰ ਕੇ ਆਉਣਾ ਪੈਂਦਾ, ਮੇਰਾ ਤਾਂ ਮੂੰਹ ਵੀ ਨਹੀਂ ਮੈਨੂੰ ਦਿੰਦਾ। ਪਰ ਬਾਈ ਉੱਥੇ ਕੀ ਹੋਇਆ ਮੈਂ ਤੁਹਾਨੂੰ ਦੱਸਦਾ, ਲਾਲ ਕਿਲੇ ਦੇ ਵਿੱਚ ਠੀਕ ਆ, ਉੱਥੇ ਇੱਕ ਮੁੰਡੇ 'ਤੇ ਗੋਲੀ ਮਾਰੀ ਆ, ਵੱਜੇ ਆ, ਮਰ ਉਹਦੀ ਮੌਤ ਹੋ ਗਈ ਆ। ਉਹਦਾ ਕਾਰਨ ਸੀਗਾ ਇਹ ਬੰਦਾ, ਇਹਨੇ ਕੀ ਕੀਤਾ ਬਾਈ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਬਾਈ, ਚੱਲ ਗਿਆ ਵਾਪਸ, ਆ ਜਾਓ ਮੋੜੋ ਫਿਰ, ਮੋੜੋ ਯਾਰ ਫਿਰ। ਆਹ ਦੇਖੋ ਉਸਤਾ ਭਰਾਵੋ, ਇੰਨਾ ਕਹੀ ਤੇ ਨਾਲ ਦੇ ਚੱਲ ਗਏ, ਕਰ ਲਓ ਫਿਰ ਗਾਹ ਤੋਂ ਮੁੜਿਆ, ਕੋਈ ਚੱਕਰ ਨਹੀਂ, ਮਿਲਦੇ ਹਾਂ। ਸੋ ਅਸਲ ਦੇ ਵਿੱਚ ਕੀ ਹੋਇਆ ਬਾਈ, ਪੁਲਿਸ ਨੇ ਕੁਝ ਨਹੀਂ ਕੀਤਾ ਸੀਗਾ। ਮੈਂ ਬਾਈ 20 ਮਿੰਟ ਦੀ ਸਟੋਰੀ, 20 ਮਿੰਟ ਦੀ ਉੱਥੇ ਖੜ ਕੇ ਵੀਡੀਓ ਬਣਾਈ ਆ, ਮੈਂ ਫੇਸਬੁੱਕ 'ਤੇ ਵੀ ਪਾਈ ਆ ਬਾਈ ਮੈਂ ਉਹ, ਅਤੇ ਮੈਂ ਆਪਦੇ ਯੂਟਿਊਬ 'ਤੇ ਵੀ ਪਾਈ ਹੈ ਬਾਈ। ਸ਼ਾਂਤੀ ਨਾਲ ਪੁਲਿਸ ਪਰੇ ਬੈਠੀ ਸੀਗੀ ਠੀਕ ਆ, ਕਿਸੇ ਨੂੰ ਕੁਝ ਨਹੀਂ ਕਿਹਾ। ਇਹਨਾਂ ਨੇ ਲਾ ਲਾ ਕੇ ਉਂਗਲਾਂ, ਲੋਕ ਉੱਥੋਂ ਹਿੱਲਣ ਹੀ ਨਹੀਂ ਦਿੱਤੇ। ਜਦੋਂ ਲੋਕ ਉੱਥੋਂ ਹਿੱਲੇ ਨਹੀਂ ਬਾਈ, ਪੁਲਿਸ ਕਰਦੀ ਕੀ ਮੈਨੂੰ ਐਂ ਦੱਸੋ। ਹੁਣ ਜਾਂ ਤਾਂ ਫਿਰ ਉਹ ਲਾਲ ਕਿਲੇ ਨੂੰ ਕਬਜ਼ੇ 'ਚ ਕਰਾ ਦੇ ਵੀ ਲਾਲ ਕਿਲੇ ਦੇ ਉੱਥੇ ਜਾਂ, ਜੇ ਵੱਡੇ ਝੰਡੇ ਨੂੰ ਹੱਥ ਪੈ ਜਾਂਦਾ ਕਿਤੇ ਕਿਸੇ ਦਾ, ਤਾਂ ਬਾਈ ਆਪਣੇ ਤਾਂ ਦੁਨੀਆਂ ਭਰ ਦੇ ਵਿੱਚ ਫਿਟੇ ਲਾਹਨਤ ਹੋਣੀ ਸੀਗੀ ਠੀਕ ਆ। ਅੱਜ ਤਾਂ ਸ਼ੁਕਰ ਕਰੋ ਬਚ ਗਏ, ਅਤੇ ਇੰਨੇ ਕਿਤੇ ਹੀ ਜਿਹੜਾ ਇੰਟਰਨੈਟ ਜਿਹੜਾ ਹੈਗਾ ਇਹ ਗੋਦੀ ਮੀਡੀਆ ਨੇ ਇੰਨਾ ਕੁ ਸਾਡਾ ਬਵਾਲ ਮਚਾਇਆ ਵੀ ਸਾਨੂੰ ਕੀ ਨਹੀਂ ਬੋਲੇ ਲੋਕ, ਆਮ ਲੋਕਾਂ ਦੇ ਦਿਲਾਂ ਦੇ ਵਿੱਚੋਂ ਅਸੀਂ ਲਈ ਜਾਂਦੇ ਹਾਂ ਇਹਦੀ ਇੱਕ ਗਲਤੀ ਕਰਕੇ ਠੀਕ ਹੈ। ਅਤੇ ਜਿਹੜਾ ਉਹਦੇ ਨਾਲ ਹੋਇਆ ਉੱਥੇ ਇੰਨਾ ਚਿਰ ਬਹਿਣਾ ਜਦੋਂ ਲੱਗੇ ਰਹੇ, ਅਤੇ ਅੰਤ 'ਤੇ ਜਿਹੜਾ ਹੈਗਾ ਪੁਲਿਸ ਨੇ ਅੱਥਰੂ ਗੈਂ ਛੱਡੀ, ਲੋਕਾਂ ਨੇ ਚੱਕ ਕੇ ਉਹ ਵੀ ਸਿੱਟਤੀ। ਆਪਾਂ ਕਿਸੇ ਪੱਖ ਦੇ ਨਹੀਂ, ਆਪਾਂ ਜੋ ਗੱਲ ਆ ਉੱਥੇ ਦੱਸਦੇ ਹਾਂ। ਫਿਰ ਅੰਤ 'ਤੇ ਹਾਰ ਕੇ ਉਹਨਾਂ ਨੂੰ ਜਿਹੜਾ ਗੋਲੀ ਚਲਾਉਣੀ ਪਈ, ਉਹ ਗੋਲੀ ਕਿਸੇ ਇੱਕ ਮੁੰਡੇ 'ਤੇ ਲੱਗੀ ਹੈ, ਆਹ ਬਾਈ ਵਰਗੇ। ਸਾਡੇ ਤਾਂ ਇਹੋ ਜਿਹੇ ਬੰਦੇ ਆ ਵੀ ਨਾਲ ਦੀ ਨਾਲ ਕਹਿ ਦਿੰਦੇ ਆ ਵੀ ਚਲੋ ਬਾਈ ਮੈਨੂੰ ਇੱਥੇ ਬਹਿ ਜਾਂਦੇ ਯਾਰ, ਮੈਂ ਰਿਪੋਰਟ ਕਰਨੀ ਹੈ। ਬਾਈ ਬਣ ਕੇ ਤੂੰ ਉੱਧਰ ਆ ਜਾ, ਆ ਜਾ ਵੀਰ ਬਣ ਕੇ, ਮੈਂ ਨਾ ਹੱਕ ਦਿਖਾ ਦਿਆਂ ਬਾਈ ਬਣ ਕੇ। ਨਹੀਂ ਨਹੀਂ ਬਸ ਬਾਈ ਹੌਲੀ ਚੱਲੀ, ਚੰਗਾ ਕਾਹਲੀ ਨਹੀਂ ਕਰਨੀ ਆਪਾਂ। ਅਤੇ ਜਦੋਂ ਇਹਨਾਂ ਇਹ ਇਹਨਾਂ ਦੀਆਂ ਚੱਕਾਂ ਉੱਥੇ ਮੁੰਡੇ ਹਿੱਲੇ ਨਹੀਂ, ਤਾਂ ਅੰਤ 'ਤੇ ਉਹ ਗੋਲੀ ਜਿਹੜੀ ਵੱਜੀ ਹੈ ਠੀਕ ਆ। ਉਹਦਾ ਕੌਣ ਗੁਨਾਹਗਾਰ ਆ ਇਹ ਤੁਸੀਂ ਯਾਦ ਰੱਖਿਓ, ਅਤੇ ਇਹਨਾਂ ਦੇ ਜਿਹੜੇ ਭੌਂਕੇ ਆ ਜਿਹੜੇ ਇਹਦੇ ਰੱਖੇ ਆ, ਇਹਦਾ IT ਸੈੱਲ ਹੈ। ਚਲੋ ਬਾਈ ਤੋਰੀ ਚੱਲ, ਐਂ ਤਾਂ ਤੋਰੀ ਚੱਲ, ਉਹ ਤਾਂ ਆਪਾਂ ਕਹਿੰਦੇ ਬੁੜਕਣਾ ਜਾ ਕੇ, ਐਂ ਤਾਂ ਮੁੱਕਣਾ ਨਹੀਂ ਵਾਟ ਆਪਣੀ ਹੈਂ। ਚਾਨਣ ਮਾਰੀ ਯਾਰ ਮੇਰੇ ਮੂੰਹ 'ਤੇ ਬਾਈ, ਹੈਗੀ ਆ ਲਾਈਟ ਫਲੈਸ਼ ਦਾ। ਸੋ ਬੇਨਤੀ ਆ ਬਾਈ ਇਹਨੂੰ ਬਾਹਰ ਕੱਢੋ। ਦੂਜੀ ਗੱਲ ਇਹ ਆ ਵੀ ਅੱਜ ਜਿਹੜਾ ਰੂਟ ਪਲੈਨ ਸੀਗਾ, ਰੋਡ ਸ਼ੋਅ ਬਹੁਤ ਸਕਸੈਸ ਰਿਹਾ। ਦਿੱਲੀ ਦੇ ਆਮ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ, ਫੁੱਲਾਂ ਦੀ ਵਰਖਾ ਕੀਤੀ ਹੈ। ਉਹਦੀਆਂ ਵੀਡੀਓ ਮੈਂ ਬਣਾਉਂਗਾ, ਵੀਡੀਓ ਭੇਜਦਾ ਵੀ ਰਹੂੰਗਾ। ਅਸੀਂ ਸਾਰੇ ਇੱਕ ਹੈ, ਜਥੇਬੰਦੀਆਂ ਦੇ ਨਾਲ ਹੈ। ਜਿਵੇਂ ਕਹਿਣਗੇ ਜਥੇਬੰਦੀਆਂ ਉਵੇਂ ਚੱਲਾਂਗੇ ਭਾਈ। ਅਤੇ ਜਿਹੜਾ ਹੈਗਾ ਤੇ ਨਹੀਂ ਬਾਈ ਸਾਰੇ ਜਾਣੇ ਬਿਲਕੁਲ ਅਸੀਂ ਸਾਰੇ ਨੌਜਵਾਨ ਭਰਾਵੋ, ਅਸੀਂ ਇੱਥੇ ਖੂਨ ਡੋਲਿਆ ਆਪਦਾ, ਕਿਤੇ ਘਰ ਛੱਡ ਕੇ ਆਏ ਹਾਂ, ਘਰੇ ਕੋਈ ਵੀ ਨਹੀਂ ਵਿਹਲਾ। ਇਹਦੀਆਂ ਕਤੀੜਾਂ ਜ਼ਰੂਰ ਆਈਆਂ 4-5 ਜਿਹੜੀਆਂ ਇੱਥੇ ਕਮੈਂਟ ਕਰਦੀਆਂ, ਜਾਂ ਤਾਂ ਤੁਸੀਂ ਰੀਅਲ 'ਚੋਂ ਤਾਂ ਮੈਨੂੰ ਨੰਬਰ ਕਰ ਲਓ ਫਿਰ ਆਪਾਂ ਦੇਖ ਲਾਂਗੇ 4 ਮਿੰਟ ਹੈ। ਅਤੇ ਦੂਜੀ ਗੱਲ ਬਾਤ ਬਾਈ, ਜਿਹੜਾ ਭਾਈ ਕਿਉਂ ਨਹੀਂ ਹੋਇਆ 4-5 ਘੰਟੇ ਉੱਥੇ ਬਾਈ ਕਨੈਕਸ਼ਨ ਕੱਟਦਾ ਸੀਗਾ, ਉੱਥੇ ਹੈ ਨਹੀਂ ਸੀਗੀ ਰੇਂਜ ਹੀ ਹੈ ਨਹੀਂ ਸੀਗੀ। ਮੰਨ ਲਓ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀ ਜਦੋਂ ਦਿੱਲੀ ਦੇ ਵਿੱਚ, ਮੈਂ ਕਾਹਦੇ ਨਾਲ ਬਾਈ ਜਿਹੜਾ ਹੋਵਾਂ ਠੀਕ ਹੈ। ਅਤੇ ਬਾਈ ਜਿਹੜਾ ਹੈਗਾ ਅੰਤ ਇਹੀ ਆ ਵੀ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਵਾਪਸ ਜਾ ਰਹੇ ਹਾਂ, ਸਾਰੇ ਜਾਣੇ ਘਰਾਂ ਦੇ ਵਿੱਚ ਚਿੰਤਾ ਨਾ ਕਰੋ ਠੀਕ ਆ। ਹਾਂ ਇਹ ਸਾਰਾ ਕੁਝ ਗੋਦੀ ਮੀਡੀਆ ਬਾਈ ਸੇਫ ਆ, ਆਪਾਂ ਦੱਸ ਦਿਓ ਹੁਣ ਵੀ ਕੋਈ ਡਰਨ ਦੀ ਲੋੜ ਨਹੀਂ ਹੈਗੀ, ਇਹ ਸਿਰਫ ਓਬਾਮਾ ਹੀ ਆ, ਕੁਛ ਨਹੀਂ ਹੋਇਆ ਹੈਗਾ। ਐਡਾ ਕੋਈ ਗਾਂਧੀ ਮੀਡੀਆ ਕਹੀ ਜਾਂਦਾ ਮਾਰਦੇ ਲੁੱਟ ਕੇ, ਐਡਾ ਕੋਈ ਲੋਕਾਂ ਨੂੰ ਕੁਛ ਨਹੀਂ ਹੈਗਾ, ਜਿਹੜੇ ਲੋਕੀ ਘਰਾਂ ਨੂੰ ਮੜ ਜਾਣਗੇ। ਬਾਕੀ ਇਹਦਾ ਡਰਨ ਡੱਕਣ ਵਾਲੀ ਕੋਈ ਲੋੜ ਨਹੀਂ ਹੈਗੀ, ਸਿਰਫ ਡਰਾਉਂਦੇ ਹੀ ਆ। ਅੱਗੇ ਵੀ ਡਟ ਕੇ ਖੜੇ ਸੀ ਜਥੇਬੰਦੀ ਨਾਲ, ਹੁਣ ਵੀ ਖੜੇ ਆ ਜਥੇਬੰਦੀ ਨਾਲ, ਹੁਣ ਵੀ ਡਟ ਕੇ ਖੜੇ ਆ ਡਟ ਕੇ। ਸਾਰਿਆਂ ਨੇ ਮਿਲ ਕੇ ਇੱਥੇ ਰਹਿਣਾ ਆ, ਜਿੱਦਾਂ ਪਹਿਲਾਂ ਰਹਿੰਦੇ ਸੀਗੇ ਇਦਾਂ ਹੀ ਹੋਣੇ ਆ, ਤੇ ਆਪਾਂ ਉੱਥੇ ਹੀ ਰਹਿਣਾ ਸਾਰਿਆਂ ਨੇ।
ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀਰ ਜੀ ਹੱਥ ਜੋੜ ਕੇ ਕਿਸੇ ਨੇ ਵੀ ਵਾਪਸ ਨਹੀਂ ਜਾਣਾ ਆਪਾਂ ਸਾਰਿਆਂ ਨੇ ਉੱਥੇ ਹੀ ਰਹਿਣਾ ਜਿੱਥੇ ਅੱਗੇ ਆਪਾਂ ਸੀਗੇ ਜੀ ਇੱਕ ਹੋਰ ਗੱਲ ਆ ਪਿੰਡੋਂ ਫੋਨ ਆਈ ਜਾਂਦੇ ਸਾਰਿਆਂ ਦੇ ਕਿ ਇੱਥੇ ਪਤਾ ਨਹੀਂ ਕੀ ਹੋ ਗਿਆ ਗੋਲੀਆਂ ਚੱਲ ਗਈਆਂ ਮੁੰਡੇ ਮਰ ਗਏ ਆ ਕਿ ਤੁਸੀਂ ਪਰੇ ਹੋ ਜਾਓ ਇਹ ਸਿਰਫ ਹਵਾਵਾਂ ਹੀ ਆ ਅਸੀਂ ਅੱਖੀਂ ਦੇਖਿਆ ਐਡਾ ਕੁੱਖ ਨਹੀਂ ਮਾੜੀ ਮੋਟੀ ਝੜਕ ਛੋਟੀ ਮੋਟੀ ਹੋਈ ਆ ਉਹ ਸਾਰਿਆਂ ਨੇ ਦੇਖੀ ਬਸ ਉਨੀ ਕੀ ਹੋਈ ਕੁੱਖ ਵੱਧ ਨਹੀਂ ਹੋਇਆ ਗੱਲਾਂ ਸਾਰੀਆਂ ਵਧਾ ਚੜਾ ਕੇ ਦੱਸਦੇ ਆ ਇੰਨਾ ਕੁਛ ਨਹੀਂ ਹੈਗਾ ਮੇਰੇ ਫੋਨ 'ਚ ਵੀ ਵੀਡੀਓ ਆਪ ਦੀਆਂ ਬਣੀਆਂ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੁਝ ਵੀ ਨਹੀਂ ਹੋਇਆ ਪੁਲਿਸ ਨੇ ਬੜਾ ਕਾਰਪੋਰੇਟ ਜਿਹੜਾ ਕੋਪਰੇਟ ਕੀਤਾ ਯਾਰ ਪੁਲਿਸ ਨੇ ਕੁਝ ਨਹੀਂ ਕੀਤਾ ਹਾਂ ਉੱਥੇ ਇਹ ਤਾਂ ਮੈਨੂੰ ਤਾਂ ਸ਼ੱਕ ਜਾਂਦਾ ਕਿਉਂਕਿ ਲਾਲ ਕਿਲੇ ਦੇ ਵਿੱਚ ਜਿਹੜਾ ਸਾਰੇ ਸਾਰਾ ਗੋਦੀ ਮੀਡੀਆ ਆਪਦੇ ਕੈਮਰੇ ਤਣੀ ਬੈਠਾ ਸੀਗਾ ਇਹਦੇ ਬੰਦੇ ਥੱਲੇ ਹੱਲਾਸ਼ੇਰੀ ਦੇਣੋਂ ਹਟੇ ਨਹੀਂ ਅੰਤ ਤੇ ਉਹਨਾਂ ਨੇ ਜਦੋਂ ਗੋਲੀ ਚਲਾਉਣੀ ਪਈ ਇਹ ਜਿਹੜਾ ਮੈਨੂੰ ਆਏ ਦੱਸੋ ਵੀ ਕਿਸੇ ਜਥੇਬੰਦੀ ਨੇ ਕਿਹਾ ਸੀਗਾ ਲਾਲ ਕਿਲੇ ਦੇ ਦੀਪ ਸਿੱਧੂ ਵਾਲੀ ਇਹ ਕਹਿੰਦਾ ਨਾ ਮੈਂ ਪਤਾ ਨਹੀਂ ਕਿੱਥੋਂ ਦਾ ਪੜ੍ਹਿਆ ਲਿਖਿਆ ਮੈਂ ਫਲਾਨਾ ਮੈਂ ਤਾਂ ਬਈ ਡੱਕਾ ਨਹੀਂ ਪੜ੍ਹਿਆ ਅਤੇ ਮੈਂ ਤਾਂ ਦੇਸੀ ਜੱਟਾਂ ਦੇ ਜਿੱਥੇ ਮਰਜ਼ੀ ਆ ਕੇ ਮੇਰੇ ਨਾਲ ਗੱਲ ਕਰ ਲਈ ਠੀਕ ਹੈ ਦੂਜੀ ਗੱਲ ਇਹ ਆ ਵੀ ਮੈਂ ਤਾਂ ਵੈਸੇ ਨੇ ਮੂੰਹ ਨਹੀਂ ਲੱਗ ਕੇ ਰਿਹਾ ਜੀ ਕਿਸੇ ਬੰਦੇ ਦੇ ਇਹੋ ਜਿਹਾ ਦੇ ਪਰ ਇਹਨੇ ਜੇ ਉਹ ਅੱਜ ਕੀਤਾ ਹੈ ਇਹ ਬਹੁਤ ਮੈਂ ਕਹਿਣਾ ਮਾੜਾ ਆਹ ਦੇਖੋ ਸਾਡੇ ਹੱਸਦੇ ਵੱਸਦੇ ਚਿਹਰੇ ਆ ਭਰਾਵੋ ਸਾਡੇ ਮਾੜਾ ਬਸ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਦਿਖਾਉਂਦੇ ਰਹੇ ਆਹ ਲਾਈਟਾਂ ਨਾਲ ਵਧ ਗਿਆ ਬਾਈ ਆਹ ਸਾਡੇ ਤਾਂ ਹੱਸਦੇ ਵੱਸਦੇ ਚਿਹਰੇ ਅਸੀਂ ਤਾਂ ਫਿਰ ਉਵੇਂ ਮੁੜ ਆਵਾਂਗੇ ਅਸੀਂ ਫਿਰ ਇੱਦਾਂ ਇਹ ਤਾਂ ਅਸਤਾ ਪੰਜਾਬ ਆ ਅਸਤਾ ਵਾਰ ਵਾਰ ਖੜ੍ਹੇ ਹੁੰਦੇ ਰਹਾਂਗੇ ਡਿੱਗ ਕੇ ਵੀ ਪਰ ਤੇਰੇ ਵਰਗਿਆਂ ਦੀ ਕੋਈ ਯਾਦ ਨਹੀਂ ਦਿਨ ਰਾਤ ਨਹੀਂ ਪੁੱਛਦਾ ਸਾਡੇ ਬੱਚੇ ਦੇਖ ਲਾ ਛੋਟੇ ਛੋਟੇ